ਕਿ ਜਿਹੜੀ ਲੁਧਿਆਣੇ ਵੀਰਾ ਐਨ ਜੀ ਓ ਚਲਾਉਂਦਾ ਕਿ ਉਹ 5-5 ਹਜ਼ਾਰ ਰੁਪਇਆ ਦੇ ਕੇ ਸਭ ਦੀ ਹੈਲਪ ਕਰਦਾ ਕਿ 2 ਲੱਖ ਰੁਪਇਆ ਤੁਸੀਂ ਇੱਕ ਪੇਸ਼ੈਂਟ ਨੂੰ ਦੇ ਦਿੰਦੇ ਹੋ। ਮੈਂ ਉਹ ਵੀਰਾਂ ਨੂੰ ਦੱਸਣਾ ਚਾਹੁੰਦਾ ਕਿ ਵੀਰੇ ਹੁਣ ਮੰਨ ਲਓ ਇਸ ਭੈਣ ਦਾ 2 ਜਾਂ 3 ਜਾਂ 4 ਲੱਖ ਰੁਪਏ ਦਾ ਟ੍ਰੀਟਮੈਂਟ ਹੈ, ਮੰਨ ਲਓ ਮੈਂ ਅੱਜ ਇਹਨਾਂ ਨੂੰ 5 ਹਜ਼ਾਰ ਰੁਪਇਆ ਦੇ ਕੇ ਜਾ ਰਿਹਾ ਤਾਂ ਉਹ ਕੀ ਕੰਮ ਆਊਗਾ? ਕੁਛ ਵੀ ਨਹੀਂ। ਵੀਡੀਓ 'ਚ ਵੀ ਦੱਸਿਆ ਕਿ ਨੰਬਰਸ ਆਫ ਪੇਸ਼ੈਂਟਸ ਅਸੀਂ ਖੜ੍ਹੇ ਕਰ ਲਈਏ, ਡੋਨਰ ਆ ਗਏ, 5-5 ਹਜ਼ਾਰ ਰੁਪਇਆ ਦੇ ਕੇ ਅਸੀਂ ਲਾਈਵ ਹੋ ਜਾਈਏ। ਨਹੀਂ, ਸਾਨੂੰ ਲਾਈਵ ਆਉਣ ਦਾ ਕੋਈ ਸਾਨੂੰ ਸ਼ੌਕ ਨਹੀਂ ਹੈਗਾ। ਸਾਡਾ ਮੇਨ ਸਿਸਟਮ ਹੈ, ਅਸੀਂ ਚੇਨ ਸਿਸਟਮ ਚਲਾਇਆ ਹੋਇਆ ਕਿ ਪਾਰਟ ਬਾਈ ਪਾਰਟ ਅਸੀਂ ਕੰਮ ਕਰਦੇ ਹਾਂ। ਸਾਡਾ ਮੇਨ ਮੋਟਿਵ ਇਹ ਹੈ ਕਿ ਇੱਕ ਕੇਸ ਦੇ ਉੱਪਰ ਅਗਰ 2 ਲੱਖ 3 ਲੱਖ ਚਾਹੇ 1 ਲੱਖ 50 ਹਜ਼ਾਰ ਲੱਗਦਾ ਤਾਂ ਪਹਿਲਾਂ ਉਹਨੂੰ ਪੂਰ ਚੜ੍ਹਾਵਾਂਗੇ, ਨਾ ਕਿ 5 ਹਜ਼ਾਰ ਰੁਪਇਆ ਅਸੀਂ ਦੇ ਕੇ ਅਗਰ ਇਹਨਾਂ ਨੂੰ ਹੁਣ ਕਹਿ ਦਈਏ ਕਿ ਲਓ ਜੀ ਸਾਡੇ ਵੱਲੋਂ ਹੈਲਪ ਹੈ। ਕਿਉਂਕਿ ਜਿਹੜਾ ਬੰਦਾ ਮਜਬੂਰ ਹੈ, ਠੀਕ ਹੈ, ਉਹਨੂੰ ਅਸੀਂ ਕਾਹਦੇ ਵਾਸਤੇ ਹਾਈਲਾਈਟ ਕਰਨਾ? ਸਿਰਫ ਇੱਕ ਸੱਚਾਈ ਦਿਖਾਉਣ ਲਈ ਕਿ ਵਾਕਈ ਇਸ ਘਰ ਦੇ ਵਿੱਚ ਮਜਬੂਰੀ ਹੈ, ਡੋਨਰ ਇਹਨਾਂ ਤੱਕ ਪਹੁੰਚ ਸਕਣ, ਤਾਂ ਅਸੀਂ ਇੱਥੇ ਵਿਜ਼ਿਟ ਕਰਦੇ ਹਾਂ। ਮੈਂ ਕੋਸ਼ਿਸ਼ ਕਰਦਾ ਹੁੰਦਾ ਕਿ ਇਨਸ਼ਾਅੱਲਾ ਅਗਰ ਅੱਲਾ ਮੈਨੂੰ ਇਨ ਫਿਊਚਰ ਇੰਨੀ ਕੁ ਤਾਕਤ ਬਖਸ਼ੂਗਾ ਨਾ ਕਿ ਮੈਂ ਆਪਣੇ ਕੋਲੋਂ ਪੇਸ਼ੈਂਟਾਂ ਦੀ ਜਿਹੜੀ ਹੈਲਪ ਕਰ ਸਕਾਂ, ਤਾਂ ਮੈਨੂੰ ਜ਼ਰੂਰਤ ਨਹੀਂ ਹੈਗੀ ਕਿ ਮੈਂ ਹੱਥ ਅੱਡੂੰਗਾ ਡੋਨਰਾਂ ਕੋਲੇ। ਦਿਲ ਪੋਸ਼ ਦੇਖ ਰਹੇ ਸਾਰੇ ਦਰਸ਼ਕਾਂ ਦਾ ਮੇਰੇ ਵੱਲੋਂ ਯਾਨੀ ਕਿ ਸੁੱਖਾ ਖੇੜੀ ਵੱਲੋਂ ਸਵਾਗਤ ਹੈ। ਅੱਜ ਤੁਹਾਨੂੰ ਇੱਕ ਅਜਿਹੇ ਪਰਿਵਾਰ ਨਾਲ ਮਿਲਵਾਉਣਾ ਜੋ ਪਰਿਵਾਰ ਕਾਫੀ ਜ਼ਿਆਦਾ ਮਾੜੇ ਹਾਲਾਤਾਂ ਦੇ ਵਿੱਚ ਗੁਜ਼ਰਨ ਲਈ ਮਜਬੂਰ ਹੋ ਰਿਹਾ ਹੈ। ਪਹਿਲਾਂ ਇਸ ਪਰਿਵਾਰ ਦਾ ਇੱਕ ਬੱਚਾ ਜਿਸਦੇ ਕਿ ਇਲਾਜ ਦੇ ਲਈ ਇਸ ਪਰਿਵਾਰ ਨੂੰ 5 ਲੱਖ ਰੁਪਇਆ ਵਿਆਜ 'ਤੇ ਫੜਨਾ ਪਿਆ ਅਤੇ ਹੌਲੀ ਹੌਲੀ ਉਹ 5 ਲੱਖ ਦੀ ਜਿਹੜੀ ਅਦਾਇਗੀ ਆ ਉਹ ਕਰ ਰਿਹਾ ਸੀ ਤਾਂ ਅਚਾਨਕ ਇੱਕ ਹੋਰ ਭਾਣਾ ਇਸ ਪਰਿਵਾਰ 'ਤੇ ਵਾਪਰਦਾ ਹੈ। ਉਸ ਦੇ ਵਿੱਚ ਇੱਕ ਫਸਟ ਈਅਰ 'ਚ ਪੜ੍ਹਨ ਵਾਲੀ ਇਹਨਾਂ ਦੀ ਬੇਟੀ ਦੀ ਅਚਾਨਕ ਆਵਾਜ਼ ਚਲੀ ਜਾਂਦੀ ਹੈ। ਸਾਡੇ ਨਾਲ ਮਾਂ ਮੌਜੂਦ ਆ ਜੋ ਇਸ ਪਰਿਵਾਰ ਦਾ ਗੁਜ਼ਾਰਾ ਇਸ ਮਸ਼ੀਨ 'ਤੇ ਜ਼ਿਆਦਾ ਸਮਾਂ ਬਿਤਾ ਕੇ ਕੰਮ ਕਰਕੇ ਕਰਦੀ ਆ। ਇਸ ਮਾਂ ਨਾਲ ਗੱਲ ਕਰਦੇ ਹਾਂ ਕਿ ਆਖਿਰਕਾਰ ਕਦੋਂ ਇਹ ਘਟਨਾ ਵਾਪਰੀ ਅਤੇ ਕਿਵੇਂ ਪਤਾ ਚੱਲਦਾ ਕਿਹਦੀ ਕੀ ਘਟਨਾ ਹੋਈ ਆ ਬੇਟੀ ਨਾਲ, ਕੀ ਹੋਇਆ ਜੀ? ਮੈਨੂੰ ਅਚਾਨਕ ਬੁਖਾਰ ਚੜਿਆ ਸੀ, ਬੁਖਾਰ ਚੜ੍ਹਨ ਨਾਲ ਇਹਦੀ ਆਵਾਜ਼ ਬੰਦ ਹੋਈ ਆ, ਉਹਦੇ ਨਾਲ ਦਵਾਈ ਕਰਾਈ ਪਹਿਲਾਂ ਅਸੀਂ ਉਰੇ ਹੋਸਪਿਟਲਾਂ 'ਚ, ਫਿਰ ਸੰਗਰੂਰ ਵੀ ਕਰਾਈ ਆ, ਫਿਰ ਸਾਨੂੰ ਪਤਾ ਲੱਗਿਆ ਕਿ ਕਾਲਜ ਦੇ ਵਿੱਚ ਮਤਲਬ ਉਹ ਡੋਲਰ ਵਾਲੇ ਨੇ ਉਹ ਮਦਦ ਕਰਨਗੇ, ਫਿਰ ਉਹਨਾਂ ਦੀ ਹੈਲਪ ਲੈਣ ਗਈ ਮੈਂ। ਫਿਰ ਉਹਨਾਂ ਨੇ ਇਹਦੀ ਸਿਰ ਦੀ MRI ਵੀ ਕਰਵਾਈ ਆ, ਵੈਸੇ ਵੀ ਮੈਨੇ ਪਟਿਆਲੇ ਤੱਕ ਵੀ ਇਲਾਜ ਕਰਾ ਲਿਆ। ਹੁਣ ਇਹਦਾ ਇਲਾਜ ਵਾਸਤੇ ਅਸੀਂ ਬਹੁਤ ਦੇਖਦੇ ਹਾਂ, ਪਹਿਲਾਂ ਬੇਟੇ ਦਾ ਮੇਰੇ ਦਾ ਐਕਸੀਡੈਂਟ ਹੋ ਗਿਆ ਸੀ, ਉਹਦੇ 'ਤੇ ਪੈਸਾ ਬਹੁਤ ਲਗਾਇਆ, ਵਿਆਜ ਪੱਲੇ ਲੈ ਕੇ ਵੀ ਲਗਾਇਆ, ਵੈਸੇ ਵੀ ਲੋਕਾਂ ਤੋਂ ਲੈ ਕੇ ਵੀ ਲਗਾਇਆ, ਉਹਦੇ ਕਰਕੇ ਹਜੇ ਵੀ ਅਸੀਂ ਕਰਜ਼ਾ ਵੀ ਦੇਣਾ ਹੈ, ਵਿਆਜ ਪਰ ਪੈਸੇ ਲੱਤੇ ਹੋਏ ਵੀ ਬਹੁਤ ਹਨ। ਹੁਣ ਗੁਡੀਆ ਦੇ ਇਲਾਜ ਵਾਸਤੇ ਅਸੀਂ ਇਹਨਾਂ ਦੀ ਵੀਰ ਦੀ ਇਮਦਾਦ ਚਾਹੁੰਦੇ ਹਾਂ, ਉਹ ਵੀ ਪ੍ਰਿੰਸੀਪਲ ਕੋਲ ਗਏ ਸੀ, ਉਹਨਾਂ ਨੇ ਸਾਡੀ ਇਹਨਾਂ ਨਾਲ ਮੁਲਾਕਾਤ ਕਰਵਾਈ ਆ। ਹੁਣ ਇਹ ਤਾਂ ਸਾਰੇ ਜਣੇ ਕਹਿੰਦੇ ਨੇ PGI 'ਚ ਇਲਾਜ ਕਰਵਾਓ, ਮਤਲਬ ਸਾਡੇ ਕੋਲ ਇੰਨਾ ਪੈਸਾ ਹੈ ਨਹੀਂ, ਕਰਦੇ ਹਾਲਾਤ ਸਾਡੇ ਬਸ ਇਹੀ ਗੁਜ਼ਾਰੇ ਪਰ ਚੱਲ ਰਹੇ ਹਨ, ਜਿਹੜਾ ਅਸੀਂ ਰੋਜ਼ ਦੀ ਰੋਜ਼ ਕਰ ਰਹੇ ਹਾਂ ਖਾ ਰਹੇ ਹਾਂ। ਮਸ਼ੀਨ ਦਾ ਕੰਮ ਕਰਦੇ ਹਾਂ, ਸਿਲਾਈ ਦਾ ਕਰਦੀ ਹਾਂ, ਇਹਦੇ ਪਾਪਾ ਮਜ਼ਦੂਰੀ ਕਰਕੇ ਲੈ ਕੇ ਆਉਂਦੇ ਨੇ, ਘਰ ਦਾ ਗੁਜ਼ਾਰਾ ਚਲਾਉਂਦੇ ਹਾਂ। ਬੇਟੇ ਦਾ ਐਕਸੀਡੈਂਟ ਹੋਇਆ ਸੀ, ਬਾਜੂ ਕੱਟ ਗਈ ਸੀਗੀ ਜਦੋਂ, ਉਹਦੇ ਪਰ ਪੈਸਾ ਬਹੁਤ ਲਗਾਇਆ ਸਾਨੇ, ਹੁਣ ਅੱਲਾ ਦਾ ਸ਼ੁਕਰ ਆ ਵੀ ਚਲੋ ਬੇਟਾ ਤਾਂ ਠੀਕ ਆ, ਹੁਣ ਗੁਡੀਆ ਦੇ ਆ ਕੇ 1 ਲੱਖ ਸਾਨੂੰ ਇੰਨੀ ਉਹ ਪੈ ਗਈ ਆ, ਗਲੇ ਦੀ ਆਵਾਜ਼ ਨਹੀਂ ਕੱਢ ਸਕਦੀ ਹੈਗੀ, ਮਤਲਬ ਥੋੜ੍ਹੀ ਥੋੜ੍ਹੀ ਆਵਾਜ਼ ਦਾ ਇਸ਼ਾਰੇ ਨਾਲ ਸਮਝਾਉਂਦੀ ਆ। BA ਫਸਟ ਈਅਰ 'ਚ। ਕਿੰਨਾ ਕੁ ਸਮਾਂ ਤੁਸੀਂ ਮਸ਼ੀਨ ਦੇ ਕੰਮ ਕਰਕੇ ਪਰਿਵਾਰ ਨੂੰ ਪਾਲਦੇ? ਮੈਨੂੰ ਤਾਂ ਬਹੁਤ ਟਾਈਮ ਹੋ ਗਿਆ ਵੀਰ ਜੀ, ਇਹਦਾ ਕੰਮ ਕਰਦੇ ਕਰਦੇ ਹੋ ਗਏ ਹੋਣਗੇ 15 ਸਾਲ ਹੀ ਹੋ ਗਏ ਹੋਣਗੇ ਘੱਟੋ ਘੱਟ 15-20। ਜਿੰਨੀ ਕੁ ਟਾਈਮ ਲੱਗਦਾ ਹੈ, ਆਪਣੀ ਤਬੀਅਤ ਵੀ ਖਰਾਬ ਰਹਿੰਦੀ ਆ ਮੇਰੀ, ਘੱਟੋ ਘੱਟ 5-6 ਘੰਟੇ ਤਾਂ ਇਹਦੇ 'ਤੇ ਮਸ਼ੀਨ 'ਤੇ ਲਗਾਈ ਲੈਂਦੀ ਹਾਂ, ਘਰਦੇ ਕੰਮ ਵੀ ਕਰਨੇ ਹਨ, ਗੁੜੀਆਂ ਪੜ੍ਹਦੀ ਆ, ਮੁਸ਼ਕਿਲ ਇਹੀ ਆ ਬਸ, ਘਰ ਦੀ ਗੁਜ਼ਾਰਾ ਤਾਂ ਹੋ ਹੀ ਜਾਂਦਾ ਹੀ, ਮਤਲਬ ਬਿਮਾਰੀਆਂ ਕਰਨੀਓ ਅਸੀਂ ਬਹੁਤ ਪਰੇਸ਼ਾਨ ਹੋ ਜਾਂਦੇ ਹਾਂ। ਕਦੋਂ ਇਹੀ ਮਦਦ ਚਾਹੁੰਦੇ ਹਾਂ ਵੀ ਹਾਂ ਜਿੰਨਾ ਕੁ ਵੀ ਹੋ ਸਕਿਆ ਉਹ ਸਾਡੀ ਮਦਦ ਕਰਨ, ਉਹਨਾਂ ਦਾ ਵੀ ਅੱਲਾ ਮਦਦ ਕਰੂਗਾ। ਬੇਟੀ ਦੀ ਬਹੁਤ ਟੈਨਸ਼ਨ ਰਹਿੰਦੀ ਆ, ਇਹਦੇ ਕਰਕੇ ਹੀ ਬਸ ਦਿਮਾਗ ਖਰਾਬ ਹੋ ਗਿਆ, ਬਹੁਤ ਔਖਾ ਹੋ ਜਾਂਦਾ। ਕੋਈ ਇਹਦਾ ਰਿਸ਼ਤੇਦਾਰ ਹੂੰ, ਹੋਰਾਂ ਨੇ ਬਹੁਤ ਫੜਿਆ, ਰਿਸ਼ਤੇਦਾਰ ਕੋਈ ਨਹੀਂ ਫੜਿਆ ਹੈ, ਭੈਣ ਭਾਈਆਂ ਨੇ, ਤੂੰ ਮੈਨੇ ਤਾਂ ਸਾਰਾ ਲੱਤਾ ਬੇਟੇ ਦੀ ਵਾਰੀ ਵੀ, ਪਰ ਰਿਸ਼ਤੇਦਾਰ ਨਹੀਂ ਕੋਈ ਵੀ ਫੜਦੇ, ਵਾਰ ਵਾਰ ਦੁੱਖ ਆਈ ਗਿਆ ਨੇ।
ਹਾਲਾਤ ਨਾਲ ਲੜ ਰਹੇ ਹਾਂ। ਇਹਨੂੰ ਅੱਲਾ ਦਾ ਸ਼ੁਕਰ ਹੈ, ਚਲੋ ਜਿਹੜਾ ਟਾਈਮ ਸਾਡੇ 'ਤੇ ਆ ਰਿਹਾ ਉਹ ਵੀ ਉਹਨਾਂ ਨੂੰ ਦਿੱਤਾ ਹੋਇਆ ਹੈ। ਪਰ ਆਏ ਹਾਂ ਵੀ ਹੁਣ ਅਸੀਂ ਇਹੀ ਚਾਹੁੰਦੇ ਸੀ ਵੀਰਾਂ ਕੋਲੋਂ ਜਿਹਦੇ ਕੋਲ ਵੀ ਕੋਈ ਮਦਦ ਕਰੂੰਗਾ ਵੀ ਹਾਂ ਅਗਰ ਬੇਟੀ ਦਾ ਮੇਰਾ ਹੋ ਸਕਿਆ ਕੋਈ ਮਦਦ ਕਰ ਸਕਦਾ ਹੈ ਤਾਂ ਉਹ ਕਰ ਦਿਓ। ਇਹ ਮਾਂ ਸੀ ਜੋ ਆਪਣਾ ਦਰਦ ਬਿਆਨ ਕਰ ਰਹੀ ਸੀ। ਘਰ ਦੇ ਹਾਲਾਤ ਵੀ ਤੁਸੀਂ ਵੇਖ ਸਕਦੇ ਹੋ, ਇੱਕ ਕਮਰੇ ਦੇ ਵਿੱਚ ਰਹਿ ਰਹੇ ਨੇ ਅਤੇ ਬੱਚੀ ਹੁਣ ਹਾਰ ਆ ਪੜ੍ਹ ਰਹੀ ਆ। ਬੱਚੀ ਨਾਲ ਵੀ ਗੱਲ ਕਰਾਂਗੇ ਕਿ ਆਖਿਰਕਾਰ ਕਿਸ ਤਰ੍ਹਾਂ ਆਵਾਜ਼, ਹਾਲਾਂਕਿ ਬੋਲਿਆ ਨਹੀਂ ਜਾਂਦਾ ਪਰ ਫਿਰ ਵੀ ਅਸੀਂ ਕਹਾਂਗੇ ਜੋ ਕੁਛ ਵੀ ਬੋਲਿਆ ਜਾਂਦਾ ਹੈ, ਜਿੰਨਾ ਕੁ ਵੀ ਬੋਲਿਆ ਜਾਂਦਾ ਉਹ ਸਾਨੂੰ ਕੁਛ ਦੱਸਣ। ਕੀ ਨਾਮ ਬੇਟਾ ਤੁਹਾਡਾ? ਬੇਟੀ ਜੋ ਦੱਸ ਰਹੀ ਸੀ ਕਿ ਹਾਲਾਂਕਿ ਕਾਫੀ ਮੁਸ਼ਕਿਲ ਨਾਲ ਜਿੰਨੀ ਕਿ ਆਵਾਜ਼ ਨਿਕਲੀ ਆ ਉਹ ਨਿਕਲੀ ਆ, ਹੁਣ ਅਸੀਂ ਉਸ ਸੰਸਥਾ ਦੇ ਨਾਲ ਤੁਹਾਨੂੰ ਮਿਲਵਾਉਂਦੇ ਹਾਂ ਜਿਹੜੀ ਸੰਸਥਾ ਅੱਜ ਕੱਲ੍ਹ ਮਲੇਰਕੋਟਲਾ ਦੇ ਵਿੱਚ ਅਜਿਹੇ ਲੋਕਾਂ ਦਾ ਸਹਾਰਾ ਬਣ ਰਹੀ ਆ। ਉਹ ਸੰਸਥਾ ਦੇ ਕੁਝ ਨੌਜਵਾਨ ਨੇ ਜੋ ਆਪਣੇ ਕੋਲੋਂ ਅਤੇ ਲੋਕਾਂ ਤੋਂ ਪੈਸੇ ਲੈ ਕੇ ਮਦਦ ਲੈ ਕੇ ਜਿਹੜਾ ਹੈਗਾ ਇਹੋ ਜਿਹੇ ਪਰਿਵਾਰਾਂ ਦੀ ਮਦਦ ਕਰਦੇ ਨੇ, ਨੌਜਵਾਨ ਨੇ। ਨੌਜਵਾਨ ਨਾਲ ਗੱਲ ਕਰਾਂਗੇ ਕਿ ਕਿਹੜੀ ਸੰਸਥਾ ਤੁਹਾਡੇ ਜਿਹੜੀ ਕੰਮ ਕਰ ਰਹੀ ਹੈ ਜੀ? ਬਿਸਮਿਲ੍ਲਾਹਿ ਰਹਿਮਾਨ ਰਹੀਮ। ਪਿਛਲੇ ਡੇਲੀ ਪੋਸਟ 'ਤੇ ਸਾਡੀ ਪਹਿਲਾਂ ਵੀ ਇੱਕ ਵੀਡੀਓ ਪੈ ਚੁੱਕੀ ਹੈ, ਬਹੁਤ ਜ਼ਿਆਦਾ ਲੋਕਾਂ ਨੇ ਉਹਨੂੰ ਸਾਨੂੰ ਪੋਜ਼ਿਟਿਵ ਕਮੈਂਟਸ ਵੀ ਆਏ ਨੇ, ਨੈਗੇਟਿਵਸ ਵੀ ਆਏ ਨੇ। ਸਾਡੀ ਜਿਹੜੀ ਐਨ ਜੀ ਓ ਦਾ ਨਾਮ ਹੈ ਵੀਰ ਜੀ, ਉਹ ਹੈਗਾ ਦਾ ਪਬਲਿਕ ਸਪਿਰਿਟ ਡੋਨਰ ਚੋਇਸ, ਅਸੀਂ ਉਹਦਾ ਨਾਮ ਰੱਖਿਆ। ਨਾਮ ਇੱਕ ਪਹਿਚਾਣ ਹੁੰਦੀ ਹੈ ਪਰ ਮੇਨਲੀ ਇਹਨੂੰ ਆਪਾਂ ਐਨ ਜੀ ਓ ਕਹਿ ਸਕਦੇ ਹਾਂ ਕਿ ਲੋਕਾਂ ਦੀ ਮਦਦ ਕਰਨਾ, ਗਰੀਬਾਂ ਦੀ ਹੈਲਪ ਕਰਨਾ। ਅਤੇ ਇਹ ਮੇਰੀ ਭੈਣ ਜਿਹੜੀ ਹੁਣ ਤੁਸੀਂ ਜਿਨ੍ਹਾਂ ਦੇ ਆਪਾਂ ਘਰ ਆਏ ਹਾਂ, ਇਹ ਬੀ ਏ ਫਸਟ ਈਅਰ ਦੇ ਵਿੱਚ ਪੜ੍ਹਦੀ ਹੈ ਅਤੇ ਮੈਨੂੰ ਪ੍ਰਿੰਸੀਪਲ ਮੈਡਮ ਰਵੀਨਾ ਮੈਡਮ ਨੇ ਇੱਥੇ ਪ੍ਰਿੰਸੀਪਲ, ਮੈਂ ਬਹੁਤ ਰਿਸਪੈਕਟ ਕਰਦਾ ਉਹਨਾਂ ਦੀ, ਅਤੇ ਉਹਨਾਂ ਦੀ ਮੈਨੂੰ ਕਾਲ ਆਈ ਸੀ ਕਿ ਬੇਟਾ ਤੁਸੀਂ, ਮੈਂ ਐਮਰਜੈਂਸੀ ਉਸ ਟਾਈਮ ਵੀ ਕਿਸੇ ਕੇਸ ਦੇ ਵਿੱਚ ਉਲਝੇ ਹੋਏ ਸੀਗੇ ਅਤੇ ਉਹਨਾਂ ਨੇ ਮੈਨੂੰ ਕਾਲ ਕਰੀ ਕਿ 10 ਮਿੰਟ ਗੱਲ ਕਰਨੀ ਹੈ। ਮੈਮ ਦੱਸੋ ਕੀ ਗੱਲ ਹੈ? ਕਹਿੰਦੇ ਇੱਕ ਸਾਡੇ ਕਾਲਜ ਦੀ ਸਟੂਡੈਂਟ ਹੈ, ਅਚਾਨਕ ਜਿਹੜੀ ਉਹਦੀ ਆਵਾਜ਼ ਚਲੀ ਗਈ ਅਤੇ ਤੁਸੀਂ ਉਹਦੀ ਕੀ ਹੈਲਪ ਕਰ ਸਕਦੇ ਹੋ? ਮੈਮ ਜਿੰਨਾ ਕੁ ਵੀ ਸਾਡੇ ਤੋਂ ਬਣੂਗਾ ਇਨਸ਼ਾਅੱਲਾ ਅਸੀਂ ਜ਼ਰੂਰ। ਜਦੋਂ ਅਸੀਂ ਘਰ ਆਏ ਤਾਂ ਦੇਖਿਆ ਕਿ ਵਿਚਾਰੇ ਇੱਕ ਛੋਟੇ ਜਿਹੇ ਰੂਮ ਦੇ ਵਿੱਚ ਰਹਿ ਰਹੇ ਨੇ ਔਰ ਇੱਕ ਮਾਂ ਜਿਹੜੀ ਆਪਣਾ ਸਾਰਾ ਦਿਨ ਸਿਲਾਈ ਦਾ ਕੰਮ ਕਰਕੇ ਉਸ ਬੇਟੀਆਂ ਦਾ ਪੇਟ ਵੀ ਪਾਲ ਰਹੀ ਹੈ, ਉਹਨੂੰ ਪੜ੍ਹਾ ਵੀ ਰਹੀ ਹੈ ਤਾਂ ਕਿ ਫਿਊਚਰ ਦੇ ਵਿੱਚ ਜਾ ਕੇ ਉਹਨਾਂ ਦੇ ਜਿਹੜੇ ਰਿਸ਼ਤੇ ਅੱਛੇ ਘਰਾਂ ਦੇ ਵਿੱਚ ਹੋ ਜਾਣ। ਹਰ ਮਾਂ ਬਾਪ ਇਹੀ ਸੋਚਦਾ, ਪਰ ਜਿਵੇਂ ਤੁਸੀਂ ਪਹਿਲਾਂ ਆਂਟੀ ਤੋਂ ਸੁਣਿਆ ਕਿ ਉਹਨਾਂ ਦੇ ਬੇਟੇ ਦਾ ਐਕਸੀਡੈਂਟ ਹੋਇਆ, ਉਹਨਾਂ ਨੇ ਸਾਨੂੰ ਵੀ ਦੱਸਿਆ ਸੀ ਕਿ ਫਾਈਨੈਂਸ਼ੀਅਲ ਅਸੀਂ ਇੰਨੇ ਵੀਕ ਹੋ ਗਏ ਕਿ ਮੈਂ ਵਿਆਜ ਦੇ ਉੱਪਰ ਪੈਸੇ ਲੈ ਕੇ ਉਹਦਾ ਟ੍ਰੀਟਮੈਂਟ ਕਰਵਾਇਆ। ਅਤੇ ਉਸ ਤੋਂ ਬਾਅਦ ਜਦੋਂ ਇਹ ਚੀਜ਼ ਹੁਣ ਇੰਪਰੂਵ ਹੋ ਰਹੀ ਤੀ ਹੌਲੀ ਹੌਲੀ, ਮਤਲਬ ਕਿ ਇਹਨਾਂ ਦੀ ਜਿਹੜੀ ਗਰੋਹ ਹੋ ਰਹੀ ਸੀਗੀ ਉਹ ਚੀਜ਼ ਤੋਂ ਇਹਨਾਂ ਨੇ ਕਰਜ਼ੇ ਤੋਂ ਮੁਕਤ ਹੋ ਰਹੇ ਸੀਗੇ, ਅਚਾਨਕ ਹੀ ਰੱਬ ਨੇ ਇੱਕ ਹੋਰ ਭੀੜੀ ਪਾ ਤੀ ਕਿ ਉਸ ਭੈਣ ਦੀ ਆਵਾਜ਼ ਚਲੀ ਗਈ। ਅਤੇ ਜਦੋਂ ਇਹਨਾਂ ਨੇ ਸਾਨੂੰ ਕਾਲ ਕਰੀ ਤਾਂ ਅਸੀਂ ਇੱਥੇ ਆਏ, ਮੈਂ ਆਪਣੀ ਟੀਮ ਦੇ ਮੈਂਬਰਾਂ ਨੂੰ ਕਿਹਾ ਕਿ ਚਲੋ ਆਪਾਂ ਭੈਣ ਦੀ ਪਹਿਲਾਂ MRI ਕਰਵਾਉਂਦੇ ਹਾਂ ਸਿਰ ਦੀ, ਦੇਖਦੇ ਹਾਂ ਕੋਈ ਦਿਮਾਗ ਦੀ ਪ੍ਰੋਬਲਮ ਤਾਂ ਨਹੀਂ। ਤਾਂ ਇੱਥੇ ਅਸੀਂ ਜਦੋਂ MRI ਕਰਵਾਈ, ਡਾਕਟਰ ਨੂੰ ਪੁੱਛਿਆ, ਡਾਕਟਰ ਵੀ ਸਾਡੇ ਨੌਨ ਨੇ, ਉਹਨਾਂ ਨੇ ਦੱਸਿਆ ਕਿ ਦਿਮਾਗ ਦੇ ਵਿੱਚ ਕੋਈ ਪ੍ਰੋਬਲਮ ਨਹੀਂ ਹੈਗੀ, ਤਾਂ ਟਰਾਂਸਲੇਸ਼ਨ ਦੀ ਜਿਹੜੀ ENT ਦੀ ਕੋਈ ਪ੍ਰੋਬਲਮ ਹੋ ਸਕਦੀ ਆ ਉਹ ਇੱਥੇ ਸਿਵਲ ਹੋਸਪਿਟਲ 'ਚ ਡਾਕਟਰ ਗਿਫਟੀ ਨੇ, ਮੇਰੇ ਸੀਨੀਅਰ ਨੇ, ਕਾਫੀ ਜ਼ਿਆਦਾ ਸਾਡਾ ਉਹਨਾਂ ਨਾਲ ਪ੍ਰੇਮ ਪਿਆਰ ਹੈਗਾ, ਅਸੀਂ ਉਹਨਾਂ ਨੂੰ ਦਿਖਾਵਾਂਗੇ ਕੱਲ੍ਹ ਇਹਨਾਂ ਨੂੰ, ਅਗਰ ਉਹ ਕੁਛ ਵੀ ਸਮਝ ਦੇ ਵਿੱਚ ਹੋਊਗਾ ਠੀਕ ਹੈ, ਨਹੀਂ ਇਨ ਫਿਊਚਰ ਅਸੀਂ PGI ਲਈ ਇਹਨਾਂ ਨੂੰ ਰੈਫਰ ਕਰਵਾ ਕੇ ਉੱਥੋਂ ਜੋ ਵੀ ਇਹਨਾਂ ਦਾ ਖਰਚਾ ਹੋਣਾ। ਦੇਖੋ ਪਿਛਲੀ ਜਿਹੜੀ ਸਾਡੀ ਵੀਡੀਓ ਚੱਲੀ ਸੀਗੀ ਨਾ, ਉਹਦੇ ਵਿੱਚ ਸਾਨੂੰ ਨੈਗੇਟਿਵ ਕਮੈਂਟਸ ਜਿਹੜੇ ਆਏ ਸੀ ਉਹ ਇਹ ਸੀਗੇ ਕਿ ਜਿਹੜੀ ਲੁਧਿਆਣੇ ਵੀਰਾ NGO ਚਲਾਉਂਦਾ ਕਿ ਉਹ 5-5 ਹਜ਼ਾਰ ਰੁਪਇਆ ਦੇ ਕੇ ਸਭ ਦੀ ਹੈਲਪ ਕਰਦਾ ਕਿ 2 ਲੱਖ ਰੁਪਇਆ ਤੁਸੀਂ ਇੱਕ ਪੇਸ਼ੈਂਟ ਨੂੰ ਦੇ ਦਿੰਦੇ ਹੋ। ਮੈਂ ਉਹ ਵੀਰਾਂ ਨੂੰ ਦੱਸਣਾ ਚਾਹੁੰਦਾ ਕਿ ਵੀਰੇ ਹੁਣ ਮੰਨ ਲਓ ਇਸ ਭੈਣ ਦਾ 2 ਜਾਂ 3 ਜਾਂ 4 ਲੱਖ ਰੁਪਏ ਦਾ ਟ੍ਰੀਟਮੈਂਟ ਹੈ, ਮੰਨ ਲਓ ਮੈਂ ਅੱਜ ਇਹਨਾਂ ਨੂੰ 5 ਹਜ਼ਾਰ ਰੁਪਇਆ ਦੇ ਕੇ ਜਾ ਰਿਹਾ ਤਾਂ ਉਹ ਕੀ ਕੰਮ ਆਊਗਾ? ਕੁਛ ਵੀ ਨਹੀਂ। ਹੁਣ ਅੱਜ ਤੋਂ ਅਸੀਂ ਇਹਨਾਂ ਦਾ ਜਿਹੜੀ MRI ਕਰਵਾਈ ਹੈ, ਅੱਜ ਤੋਂ ਇਹਨੂੰ PGI ਲੈ ਕੇ ਜਾਣਾ, ਉੱਥੇ ਇਹਦਾ ਟ੍ਰੀਟਮੈਂਟ ਕਰਵਾਉਣਾ ਇਨਕਲੂਡਿੰਗ ਮੈਡੀਸਿਨਸ, ਹੈ ਨਾ। ਸਾਡਾ ਕੰਮ ਇਹ ਨਹੀਂ ਹੈਗਾ ਕਿ ਅਸੀਂ, ਮੈਂ ਉਸ ਵੀਡੀਓ 'ਚ ਵੀ ਦੱਸਿਆ ਕਿ ਨੰਬਰਸ ਔਫ ਪੇਸ਼ੈਂਟਸ ਅਸੀਂ ਖੜ੍ਹੇ ਕਰ ਲਈਏ, ਡੋਨਰ ਆ ਗਏ, 5-5 ਹਜ਼ਾਰ ਰੁਪਇਆ ਦੇ ਕੇ ਅਸੀਂ ਲਾਈਵ ਹੋ ਜਾਈਏ। ਨਹੀਂ, ਸਾਨੂੰ ਲਾਈਵ ਆਉਣ ਦਾ ਕੋਈ ਸਾਨੂੰ ਸ਼ੌਕ ਨਹੀਂ ਹੈਗਾ। ਸਾਡਾ ਮੇਨ ਸਿਸਟਮ ਹੈ, ਅਸੀਂ ਚੇਨ ਸਿਸਟਮ ਚਲਾਇਆ ਹੋਇਆ ਕਿ ਪਾਰਟ ਬਾਈ ਪਾਰਟ ਅਸੀਂ ਕੰਮ ਕਰਦੇ ਹਾਂ। ਕੰਮ ਕਰਨ ਦਾ ਤਰੀਕਾ ਇਹ ਹੈ ਕਿ ਜਦੋਂ ਇੱਕ ਕੇਸ ਫੜ ਲਿਆ, ਸਪੋਜ਼ ਕਰੋ ਹੁਣੇ ਭੈਣ ਦਾ ਅਸੀਂ ਕੇਸ ਫੜਿਆ, ਇਨਸ਼ਾਅੱਲਾ ਜਦੋਂ ਤੱਕ ਇਹਦੀ ਆਵਾਜ਼ ਵਾਪਸ ਨਹੀਂ ਆਉਂਦੀ, ਦੇਖੋ ਕਰਨ ਵਾਲੀ ਆ ਤੁਸ ਅੱਲਾ ਦੀ, ਵਾਹਿਗੁਰੂ ਦੀ, ਪਰਮਾਤਮਾ ਦੀ ਹੈ, ਪਰ ਅਸੀਂ ਜਿੰਨੀ ਕੋਸ਼ਿਸ਼ ਹੋਊਗੀ ਅਸੀਂ ਇਹਦੇ ਨਾਲ ਵੀ, ਸਾਡੀ ਟੀਮ 'ਚੋਂ ਅਗਰ ਕੋਈ ਮੈਂਬਰ ਫ੍ਰੀ ਹੋਊਗਾ ਜ਼ਰੂਰ ਜਾਊਗਾ, ਨਹੀਂ ਤਾਂ ਇਹਦੇ ਫਾਦਰ ਸਾਹਿਬ ਨੂੰ ਜਾਂ ਇਹਦੇ ਬ੍ਰਦਰ ਨੂੰ ਨਾਲ ਭੇਜਾਂਗੇ। ਸਾਡਾ ਮੇਨ ਮੋਟਿਵ ਇਹ ਹੈ ਕਿ ਇੱਕ ਕੇਸ ਦੇ ਉੱਪਰ ਅਗਰ 2 ਲੱਖ 3 ਲੱਖ ਚਾਹੇ 1,50,000 ਲੱਗਦਾ ਤਾਂ ਪਹਿਲਾਂ ਉਹਨੂੰ ਪੂਰ ਚੜਾਵਾਂਗੇ, ਨਾ ਕਿ 5 ਹਜ਼ਾਰ ਰੁਪਇਆ ਅਸੀਂ ਦੇ ਕੇ ਅਗਰ ਇਹਨਾਂ ਨੂੰ ਹੁਣ ਕਹਿ ਦਈਏ ਕਿ ਲਓ ਜੀ ਸਾਡੇ ਵੱਲੋਂ ਹੈਲਪ ਹੈ, 5 ਹਜ਼ਾਰ ਰੁਪਇਆ ਹੀ ਵੇਸਟ ਜਾਊਗਾ। ਦੱਸੋ ਕੀ ਕੰਮ ਆਊਗਾ 5 ਹਜ਼ਾਰ ਰੁਪਇਆ? ਇਹੀ ਉਹ ਨੈਗੇਟਿਵ ਕਮੈਂਟ ਜਿਹੜੇ ਮੇਰੇ ਵੀਰਾਂ ਨੇ ਕਰੇ ਸੀ, ਮੈਂ ਉਹਨਾਂ ਨੂੰ ਦੱਸਣਾ ਚਾਹੁੰਦਾ
कि प्लीज़ असी नहीं किसी की असी निखेधी नहीं करते हैं, असी किसी के खिलाफ नहीं बोलते हैं, है ना। पर मैं उस वीर एक राय दे रहा, अगर मेरे च कुछ कमियां हो तो मैनू भी दसन, वीडियो ना दसन परसनली दस दिन, पर यह कमी है। देखो असी किसी भैन का किसी माँ का फेस नहीं दिखाते, क्योंकि जोड़ा बंदा मजबूर है, ठीक है, उन्होंने असी कहदे वास्ते हाईलाइट करना, सिर्फ एक सच्चाई दिखाने लेके वाकई इस घर के मजबूरी है डोनर इन्हों तक पहुँच सकन, असी इतने विजिट करते हैं। मैं कोशिश करता हूँ कि इंशाल्लाह अगर अल्लाह मैनू इन फ्यूचर इन्नी कु ताकत बख्शूगा ना कि मैं अपने को पेशेंटा की जी हैल्प कर सकता, तो मैं जरूरत नहीं हैगी कि मैं हाथ अड्डूंगा डोनर को, मैं अपनी जेब के जिन्ना क भी हो सकूगा मैं कर दिया करूँगा। सर परिवार का कोई नंबर है तो जो मदद दस सकते हो? सर इन्ह का नंबर इन्होंने सानू दसिया 8699998 मतलब पंजाबी 8698975518 नंबर है जोड़ा, ठीक है। अगर किसी नहीं भी इन्हों का नंबर पता लगता तो NGO का नंबर 9814404493, असी 24 घंटे वो नंबर साडा ऑनलाइन चलता, मतलब कि किसी भी टाइम वो उपर कॉलिंग कर सकते हैं, तो असी डायरैक्ट डोनर इन्होंने को भेज सकते हैं इंशाल्लाह। बिल्कुल, डेली पोस्ट भी चाहता है कि जो अजिहे लोग ने उन्होंने जी मदद आवे, तो जो जो उन्होंने सुपने ने, बच्चों के सुपने ने, या जो मरीज ने वह अपने जे पैरों खलो सकन, अपनी चंकी जिंदगी की बेहतर जिंदगी की शुरुआत कर सकन। मलेरकोला तो कैमरामैन सहबाज जग्गी सुखा खेड़ी वाला।